Punjabi folk music producer Tru-Skool is presenting a new Punjabi vocalist onto the scene. His name is Ashok Prince, and his debut album is 10 tracks of raw Punjabi folk music blended with street hip-hop sounds. Created entirely by Tru-Skool, the album is called One Time for Your Mind. Ashok Prince left the Punjab 2 decades ago and settled in Amsterdam in Holland, where amongst a small community of Punjabis, he didn't get as much exposure or as many opportunities to enter into the music scene as we do in the rest of the West. But performing at a mela on stage in Amsterdam, he caught the eye of Punjabi folk music producer Tru-Skool, who was captivated by his sheer energy and the raw vocals that he possessed. When I first saw him perform, it's the rawness. He's just pure Desi Punjabi, pure Tet Punjabi, excellent energy on stage. And it basically comes down to that. It's just a very raw, Desi singer. It's my kind of style, my kind of vibe. Initially, I was going to put him on a Tru-Skool album, but when I did record him, it eventually ended up turning into his album instead. So that's where we are now. Tru-Skool, Sukhi Paji, who is music director, ne, unna naal jedi meri mulaqat hoi hai, oh. ਹਾਲੈਂਡ ਸ਼ਹਿਰ ਦੇ ਵਿੱਚ ਆਮਸਟਰਡਮ ਦੇ ਵਿੱਚ ਮੱਖਣ ਸ਼ੰਕਰ ਵਾਲਾ ਜਿਹੜਾ ਸਿੰਗਰ ਆ ਉੱਥੇ ਕਬੱਡੀ ਟੂਰਨਾਮੈਂਟ ਦੇ ਉੱਤੇ ਉਹਨੂੰ ਸੱਦਿਆ ਸੀ ਉੱਥੇ ਦੇ ਸਰੋਤਿਆਂ ਨੇ ਗਾਉਣ ਲਈ ਅਤੇ ਇਹ ਉੱਥੇ ਐਜ ਏ ਜਾਣੀ ਕਿ ਸਾਜ਼ ਪਲੇ ਕਰਨ ਵਾਸਤੇ ਗਏ ਸੀ ਉਹਨਾਂ ਤੋਂ ਉੱਥੇ ਉਨ੍ਹੀਂ ਦਿਨੀ ਮੇਰੀ ਟੇਪ ਕੈਦ ਬੋਲ ਗਈ ਮਾਰਕੀਟ ਦੇ ਵਿੱਚ ਆ ਚੁੱਕੀ ਸੀ ਅਤੇ ਉਸ ਟੇਪ ਦਾ ਮੈਂ ਇੱਕ ਗੀਤ ਗਾਇਆ ਸਟੇਜ ਦੇ ਉੱਤੇ ਅਤੇ ਜਿਹੜਾ ਉਹ ਗੀਤ ਸੁੱਖੀ ਭਾਅ ਜੀ ਦੇ ਜਾਣੀ ਕਿ ਮੈਂ ਕੀ ਕਹਾਂ ਵੀ ਹੈਕ ਦੇ ਵਿੱਚ ਠਾਹ ਕਰਕੇ ਵੱਜਾ ਤੇ ਉਹ ਮੈਂ ਗੀਤ ਦੇ 2 ਬੋਲ ਤੁਹਾਡੇ ਨਾਲ ਸਾਂਝੀ ਕਰਦਾ ਵੀ ਉਹ ਗੀਤ ਕਿਸ ਤਰ੍ਹਾਂ ਸੀ ਹੋ ਮੁੰਡਿਆਂ ਨਾ ਨਜ਼ਰਾਂ ਮਿਲਾਉਣੋ ਹੱਟ ਗਈ ਹੱਟੀ ਪੱਠੀ ਉੱਤੇ ਨਿਗਾ ਆਉਣੋ ਹੱਟ ਗਈ ਹੋ ਕਿਹਦੀ ਅੱਖੀ ਅੱਲਾ ਵਾਲੀ ਪੀਂਗ ਝੂਠ ਦੀ ਹੋ ਕਿਹਦੀ ਅੱਖੀ ਅੱਲਾ ਵਾਲੀ ਪੀਂਗ ਝੂਠ ਦੀ ਹਰ ਡੋਰਕੀ ਦੇ ਹੱਥਾਂ ਵਿੱਚ ਫੜੀ ਹੋਈ ਆ ਹੈ ਉਂਗਲੀ ਤੇ ਹੈ ਉਂਗਲੀ ਤੇ ਹੋ ਉਂਗਲੀ ਤੇ ਬਿੱਲੋ ਜਿਹੜੀ ਗੁੱਤ ਘੁੰਮਦੀ ਹੈ ਅੱਖ ਤਾਂ ਜ਼ਰੂਰ ਕਿਤੇ ਲੜੀ ਹੋਈ ਆ ਇਹ ਜਦ ਮੈਂ ਬੋਲ ਉੱਥੇ 2 ਬੋਲੇ ਅਤੇ ਸੁੱਖੀ ਭਾਅ ਜੀ ਹੁਣੀ ਮੈਂ ਸਟੇਜ 'ਤੇ ਇਹ ਗੀਤ ਗਾ ਕੇ ਉੱਤਰ ਗਿਆ ਅਤੇ ਸੁੱਖੀ ਭਾਅ ਜੀ ਹੁਣਾਂ ਨੇ ਮੈਨੂੰ ਲੱਭਣਾ ਸ਼ੁਰੂ ਕੀਤਾ ਵੀ ਉਹ ਬੰਦਾ ਕਿਹੜਾ ਸੀ ਜਿਹੜਾ ਗੀਤ ਗਾ ਕੇ ਚਲਿਆ ਗਿਆ ਅਤੇ ਬਾਅਦ ਵਿੱਚ ਫਿਰ ਇਹਨਾਂ ਨੇ ਮੇਰਾ ਨੰਬਰ ਕਿਤੋਂ ਲਿਆ ਅਤੇ ਇਹਨਾਂ ਨੇ ਮੇਰੇ ਨਾਲ ਕੰਟੈਕਟ ਕੀਤਾ ਹੋਲੈਂਡ ਇਸ ਤਰ੍ਹਾਂ ਇਹਨਾਂ ਦੇ ਨਾਲ ਮੇਰੀ ਮੁਲਾਕਾਤ ਹੋਈ ਉਸ ਤੋਂ ਬਾਅਦ ਵਿੱਚ ਫਿਰ ਮੈਂ ਯੂਕੇ ਆਇਆ ਯੂਕੇ ਦੇ ਵਿੱਚ ਆਣ ਕੇ ਇਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਇਹਨਾਂ ਨੇ ਇਹਨਾਂ ਨੂੰ ਮੈਂ ਆਵਾਜ਼ ਸੁਣਾਈ ਇਹਨਾਂ ਨੇ ਮੈਨੂੰ ਮਾਈਕ 'ਤੇ ਖੜਾ ਕੀਤਾ ਇਹਨਾਂ ਨੇ ਫਿਰ ਸਾਰਾ ਜਾਣੀ ਕਿ ਮੇਰਾ ਕੰਮ ਕੰਪਲੀਟ ਜਾਣੀ ਕਿ ਇਹਨਾਂ ਦੇ ਨਾਲ ਮੇਰੀ ਗੱਲਬਾਤ ਹੋ ਗਈ ਅਤੇ ਇਹਨਾਂ ਨੇ ਇੱਕ ਮੈਂ ਗੱਲ ਕਹਿਣੀ ਬੜੀ ਲਾਜ਼ਮ ਸਮਝਦਾ ਵੀ ਮੈਂ ਜਿੱਥੇ ਟੇਪਾਂ ਦੇ ਉੱਤੇ 18-18 ਲੱਖ ਰੁਪਈਆ ਲਾਉਂਦਾ ਰਿਹਾ ਪਰ ਇਹਨਾਂ ਨੇ ਮੇਰੇ ਕੋਲੋਂ ਇੱਕ ਪੰਜੀ ਵੀ ਨਹੀਂ ਲਈ ਇਹਨਾਂ ਨੇ ਕਿਹਾ ਵੀ ਅਸੀਂ ਤੇਰੀ ਆਵਾਜ਼ ਦੇ ਦੀਵਾਨੇ ਹੋ ਗਏ ਇਸ ਕਰਕੇ ਤੈਨੂੰ ਅਸੀਂ ਰਿਕਾਰਡ ਕਰ ਰਹੇ ਹਾਂ ਇਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ ਵੀ ਜਾਣੀ ਕਿ ਇਹਨਾਂ ਨੇ ਮੇਰਾ ਇੱਕ ਪੈਸਾ ਨਹੀਂ ਟੇਪ ਉੱਤੇ ਲਵਾਇਆ This album is the first album I've done since Diljit's Back to Basics album. And going from working with an artist like Diljit, who's
internationally known to somebody like Ashok, who's relatively a newcomer. Probably not the best move for somebody in that position, but I just felt like it was just all about the voice and all about the music. So unknown or internationally known doesn't matter. It's all about the music. ਹੁਣ ਮੈਂ ਤੁਹਾਡੇ ਨਾਲ ਇੱਕ ਮਾੜੀ ਜਿਹੀ ਗੱਲ ਸ਼ੇਅਰ ਕਰਨੀ ਚਾਹੁੰਦਾ। ਮੇਰਾ ਦਿਲ ਕਰਦਾ ਵੀ ਮੈਂ ਹੁਣ ਵੀ ਤੁਹਾਨੂੰ ਕੁਝ ਸੁਣਾਵਾਂ। ਮੈਨੂੰ ਹਾਲੇ ਵੀ ਉਹ ਵਾਕਿਆ ਯਾਦ ਆ, ਮੈਂ ਉਸ ਵੇਲੇ 7ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਕਾਨਾ ਢੇਸੀਆਂ, ਅਤੇ ਟੀਚਰਾਂ ਨੇ ਸਕੂਲਾਂ ਦੇ ਵਿੱਚ ਆਮ ਬੱਚਿਆਂ ਨੂੰ ਖੜ੍ਹਾ ਕਰਦੇ ਨੇ ਵੀ ਜਿਹਨੂੰ ਗਾਉਣ ਦਾ ਸ਼ੌਂਕ ਆ ਉਹ ਮੂਹਰੇ ਆਣ ਕੇ ਬੱਚਿਆਂ ਨੂੰ ਗਾਣਾ ਸੁਣਾਵੇ, ਅਤੇ ਉਹ ਬੱਚੇ ਹੋਰ ਵੀ ਜਿਹਨਾਂ ਨੂੰ ਗਾਉਣਾ ਆਉਂਦਾ ਸੀ ਉਹ ਵੀ ਖੜ੍ਹੇ ਹੁੰਦੇ ਸੀ, ਅਤੇ ਮੈਨੂੰ ਕਿਸੇ ਨੇ ਕਿਹਾ ਤੂੰ ਵੀ ਬੜਾ ਮਾਣਕ ਦੀਆਂ ਕਲੀਆਂ ਗਾਉਂਦਾ ਆ ਅਤੇ ਨਛੱਤਰ ਛੱਤੇ ਨੂੰ ਗਾਉਂਦਾ, ਚੱਲ ਗਾਂਹ ਹੋ ਕੇ ਗਾਣਾ ਸੁਣਾ ਅੱਜ। ਅਤੇ ਮੈਂ ਵੀ ਫਿਰ ਹੌਸਲਾ ਜਿਹਾ ਕਰਕੇ ਮੂਹਰੇ ਖੜ੍ਹਾ ਹੋ ਗਿਆ, ਅਤੇ ਜਦ ਫਿਰ ਮੈਂ ਉੱਥੇ ਗਾਣਾ ਸੁਣਾਇਆ ਮੈਨੂੰ ਉਹ ਹਾਲੇ ਤੱਕ ਯਾਦ ਆ। ਉਹ ਬਾਜੇ ਵਾਲੇ ਨੇ ਸੁਰ ਰੱਖੀ, ਬਾਜੇ ਵਾਲਾ ਮੈਨੂੰ ਕਹਿਣ ਲੱਗਾ ਵੀ ਚਲੋ ਜੀ ਸ਼ੁਰੂ ਕਰੋ ਜੀ ਤੁਸੀਂ ਆਹ ਗੀਤ, ਅਤੇ ਜਿਹੜਾ ਉਹਨਾਂ ਨੇ ਕਿਹਾ ਸੀ ਮੈਂ ਉਹਨੇ ਸ਼ੁਰੂ ਕੀਤਾ, ਅਤੇ ਜਿਹੜਾ ਮੈਂ ਸ਼ੁਰੂ ਕੀਤਾ ਸੀ ਉਹ ਤੁਹਾਨੂੰ ਮਾੜਾ ਜਿਹਾ ਦੱਸਣ ਲੱਗਾ, ਜਿਹੜਾ ਧਿਆਨ ਕਰਨਾ। ਮੈਂ ਚੱਕ ਦਿੱਤਾ, ਮੈਂ ਕਿਹਾ ਹੋ ਗੁੱਸੇ 'ਚ ਦੁੱਲੇ ਨੂੰ ਮਹਿਰੂ ਮਾਰੇ ਬੋਲੀਆਂ, ਹੋ ਇੱਜਤਾਂ ਤਰੋਲੀਆਂ, ਹੋ ਪਿੰਡੀ ਦੇ ਦੁਆਲੇ ਚੱਲਦੀਆਂ ਗੋਲੀਆਂ, ਵੇ ਕੰਧਾਂ ਹੋਈਆਂ ਪੌਲੀਆਂ, ਹੋ ਆਪਦਾ ਤੂੰ ਜਾ ਕੇ ਸੌਂਗੀਆਂ, ਹੋਏ ਨਾਨਕੀ ਹੋਏ ਉੱਤੇ ਲੱਕ ਚਾਦਰਾ, ਹੋ ਮੁਗਲਾਂ ਨੇ ਤੇਰਾ ਸਭ ਕੁੱਝ ਲੁੱਟਿਆ, ਹੋ ਵੱਡਿਆ ਬਹਾਦਰਾ। ਉਸ ਤੋਂ ਬਾਅਦ ਵਿੱਚ ਮੈਂ ਕਾਲਜ 'ਚ ਲੈ ਗਿਆ, ਕਾਲਜ ਦੇ ਵਿੱਚ ਕਾਫੀ ਜਾਣੀ ਕਿ ਮੈਂ ਕੰਪੀਟੀਸ਼ਨ ਵੀ ਲੜਿਆ, ਪਟਿਆਲੇ ਦੇ ਵਿੱਚ ਮੈਂ ਫਸਟ ਪਲੇਸ ਲਈ ਸੀਗੀ ਗਾਉਣ ਦੇ ਵਿੱਚ ਅਤੇ ਫੋਕ ਸਿੰਗਰ ਦੇ ਵਿੱਚ, ਅਤੇ ਉੱਥੇ ਹਾਲੇ ਵੀ ਮੇਰਾ ਰਿਕਾਰਡ ਹੈਗਾ ਆ। ਬਾਅਦ ਵਿੱਚ ਯੂਰਪ ਦੇ ਵਿੱਚ ਮੈਂ ਹੋਲੈਂਡ ਆਇਆ, ਹੋਲੈਂਡ ਆਣ ਕੇ ਵੀ ਮੈਂ ਕਾਫੀ ਅਖਾੜੇ ਲਾਏ ਆ। ਹੰਸਰਾਜ ਹੰਸ ਕੋਲੋਂ ਮੈਨੂੰ ਬੈਸਟ ਯੂਰਪੀਅਨ ਸਿੰਗਰ ਦਾ ਅਵਾਰਡ ਮਿਲਿਆ ਸੀ ਸਨ 94 ਦੇ ਵਿੱਚ, 1994 ਦੇ ਵਿੱਚ। There are a range of different styles that make up what we call today's Bhangra industry, from the more poppy sound to the dance floor fillers. But that authentic Punjabi sound is something that's been neglected. Now there's room for all sorts of different styles, but we must make it our priority to preserve that authentic sound, because that is where everything stemmed from. On this album, I've not really compromised at all, thinking I need to cater for a dance floor or anything like that. It's very, it is for the hip hop heads and for the Desi folk heads. So there's no in between. It's just a very raw album, very, very 90s hip hop, early 90s. So if there are people that are still into that sound, then this one's for them. If you're into albums like Word Is Born, Represent, and but then you're into the folk style as well, this is probably, I'd say, similar to that, but even more raw, you know, just sort of no holding back on this. Very, I'd say it's almost like an extreme sound compared to what's happening in the market. ਰਿਕਾਰਡਿੰਗ ਦਾ ਜਿਹੜਾ ਮੇਰਾ ਐਕਸਪੀਰੀਅੰਸ ਰਿਹਾ ਟਰੂ ਸਕੂਲ ਦੇ ਨਾਲ, ਮੈਨੂੰ ਬਹੁਤ ਵਧੀਆ ਲੱਗਾ ਉਹਨਾਂ ਦਾ ਕੰਮ। ਇੱਥੇ ਹੋਈ ਡਰਬੀ ਸ਼ਹਿਰ ਦੇ ਵਿੱਚ, ਉਹਨਾਂ ਦੇ ਘਰੇ ਹੀ ਉਹਨਾਂ ਦਾ ਆਪਣਾ ਸਟੂਡੀਓ ਬਣਾਇਆ ਹੋਇਆ, ਤਾਂ ਉਸ ਸ਼ਹਿਰ ਦੇ ਵਿੱਚ ਮੇਰੀ ਰਿਕਾਰਡਿੰਗ ਹੋਈ ਆ, ਅਤੇ ਮੈਂ ਘੱਟੋ ਘੱਟ ਮੇਰੇ ਖਿਆਲ ਮੁਤਾਬਕ ਮੈਂ 4 ਕੁ ਵਾਰੀ 'ਤੇ ਆਇਆ ਹੁਣ, ਅਤੇ ਉਹਨਾਂ ਨੇ ਕੋਈ ਜਲਦਬਾਜ਼ੀ ਨਹੀਂ ਕੀਤੀ ਵੀ ਇੱਕਦਮ ਹੀ ਸਾਰੇ ਗੀਤ ਆਪਾਂ ਰਿਕਾਰਡ ਕਰ ਲਈਏ ਅਤੇ ਆਪਾਂ ਫਟਾਫਟ ਹੀ ਮਾਰਕੀਟ ਦੇ ਵਿੱਚ ਲੈ ਆਈਏ। ਉਹਨਾਂ ਨੇ 1 by 1 ਯਾਨੀ ਕਿ ਗੀਤ ਮੇਰਾ ਰਿਕਾਰਡ ਕੀਤਾ, ਤਾਂ ਸਮਾਂ ਜ਼ਰੂਰ ਲੱਗਾ ਪਰ ਮੈਨੂੰ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਪਸੰਦ ਆ। ਹਾਂਜੀ ਭਾਜੀ ਰੈਡੀ, ਓਕੇ ਕਰੀਏ ਸ਼ੁਰੂ, ਓਕੇ। He's a crazy guy, you know, when he's in the vocal booth, he's in and out. He's like, he'll say a few lines and he'll open the door, literally come out of the room, and like, was that right? And I'm like, yeah, yeah. So he's quite animated. He's like back and forwards, and then he's like, let me just go out for a minute. And then he goes out for fresh air and he comes back. He's like, very sort of unique way of recording. I've never really met anybody like that who's, I mean, he does crazy stuff like, he'll get off the plane, he'll be in the car, and, you know, so he's kind of jet lagged and, you know, he's had a drive to the house from the airport, and then he'll just be like, oh, I don't want nothing to eat, nothing now. Let's just go and record straight away. Like, very energetic guy, very energetic vocalist. We used to await the release of an album with eager anticipation because it gave the artist an opportunity to present themselves in different styles. Across the various tracks of an album, there were different emotions, all for us to enjoy. The artist
Tru-Skool, who has produced this album, and the vocalist Ashok Prince should be supported with this endeavour. Not because it's a nostalgic throwback to a time when albums were commonplace, but because this is going to be the sound of the rest of your 2016. In terms of song selection, Ashok brought a lot of songs with him, but you know, we only chose a few of them. In terms of the melodies, I composed all the melodies on this album. But then it was a case of where we had beats and stuff made. I was like, you know, he'd sound good on this kind of style. So my friend Amajit Thammi from the UK, Leicester, I'd tell him that I want something like this doing, and he'd come through with the ideas, you know. Well, he'd come through with something that fits the beat that I'm trying to create. So that was good of him. ਹਾਂ ਜੀ ਹਾਂ ਜੀ ਹਾਂ ਇੱਕ ਰਾਈਟਰ ਆ ਦਰਸ਼ਨ ਸਿੰਘ ਘੁੰਮਣ ਉਹ ਜਰਮਨ ਦੇ ਵਿੱਚ ਰਹਿ ਰਿਹਾ ਉਹਦੇ ਜਿਹਦਾ ਅਸੀਂ ਵੀਡੀਓ ਬਣਾਇਆ ਲਹਿੰਗਾ ਮਖਮਲ ਦਾ ਉਹ ਦਰਸ਼ਨ ਸਿੰਘ ਘੁੰਮਣ ਦਾ ਲਿਖਿਆ ਆ ਉਹ ਫਿਰ ਇੱਦਾਂ ਸੀ ਨਾ ਪਹਿਲਾਂ ਬੋਲੀਆਂ ਟੈਪ ਸੀਗੀ ਮੈਂ ਬੋਲੀਆਂ ਵਿੱਚ ਤਾਂ ਢੋਲ ਵੱਜਦਾ ਤਗੜ 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 ਅਤੇ ਬਾਅਦ ਵਿੱਚ ਬੰਦ ਹੋ ਜਾਂਦਾ ਠੀਕ ਨਾ ਅਸੀਂ ਫਿਰ ਇਹਨੂੰ ਲਗਾਤਾਰ ਹੀ ਰੱਖਿਆ ਵੀ ਇਹ ਗੀਤ ਇਸ ਤਰ੍ਹਾਂ ਤਿਆਰ ਕੀਤਾ ਜਾਵੇ ਵੀ ਜਾਣੀ ਕਿ ਰਿਧਮ ਟੁੱਟੇ ਨਾ ਹਾਂ ਵੀ ਲੋਕਾਂ ਦੇ ਨੱਚਣ ਲਈ ਉਹਦੇ ਜਿਹੜੇ ਸਾਰੇ ਆਂਤਰੇ ਸੀ ਉਹ ਇਸ ਤਰ੍ਹਾਂ ਸੀ ਓ ਜੋਸ਼ ਜਵਾਨੀ ਨੱਚਦੀ ਵੇਖੀ ਅੱਗ ਦੀ ਜਿਵੇਂ ਲਾਟ ਸੀ ਮੱਚਦੀ ਓ ਬਰਮਿੰਗਮ ਵਿੱਚ ਲਹਿੰਗਾ ਪਾ ਕੇ ਓ ਨੱਚ ਨੱਚ ਕਰੇ ਕਮਾਲ ਓ ਲਹਿੰਗਾ ਮਖਮਲ ਦਾ ਭਿੱਜ ਗਿਆ ਮੁੜ ਕੇ ਨਾਲ ਓ ਲਹਿੰਗਾ ਮਖਮਲ ਦਾ ਉਹ ਇੱਦਾਂ ਸੀਗਾ ਹਾਂਜੀ ਇਹ ਸਾਰਾ ਪੂਰਾ ਟੋਟਲ ਗੀਤ ਇਸੇ ਤਰ੍ਹਾਂ ਰਿਧਮ ਦੇ ਵਿੱਚ ਚੱਲਦਾ ਸੀ ਫਿਰ ਅਸੀਂ ਇਸ ਗੀਤ ਨੂੰ ਥੋੜ੍ਹਾ ਚੇਂਜਿੰਗ ਲਿਆਂਦੀ I mean, the videos for the album is not something, you know, I've never been an expert at videos, so I would say to sort of capture the look of what the songs are, I don't think that's been achieved. And it's, you know, that's usually the case with my songs anyway. But, you know, there are some videos, but I'm more interested in saying, listen to the audio and, you know, not on an iPhone, not on your mobile phone speakers. We want to go back to listen to music in the car on proper systems. You know, so that's where you really sort of get the full idea of what it's meant to sound like, because that's how it's designed to be heard. Writer ek balli jadiale wala oh munda holland de vich rehnda ohde kolon vi do geet laye ne ohna de vi bahut badhiya geet hai haanji ohna da ek geet aa ਪਾਇਆ ਅਸੀਂ ਸ਼ਰਾਬ ਦੇ ਉੱਤੇ ਆ ਠੀਕ ਨਾ ਐਕਚੁਲੀ ਦੋਨੇ ਉਹਨਾਂ ਦੇ ਸ਼ਰਾਬ ਵਾਲੇ ਇੱਕ ਸਾਈਡ ਸੌਂ ਗਿਆ ਇੱਕ ਬੀਟ ਸੌਂ ਗਿਆ ਹਾਂਜੀ ਉਹ ਤੁਸੀਂ ਦੇਖਣਾ ਵੀ ਉਹਨਾਂ ਦਾ ਫਰਕ ਕੀ ਆ ਪਰ ਗੀਤ ਦੇ ਬੋਲ ਬਹੁਤ ਕਾਬਲੇ ਗੌਰ ਆ ਯਾਨੀ ਕਿ ਇਹ ਤਾਂ ਉਹਨੂੰ ਪਤਾ ਹੁੰਦਾ ਜਿਹਨੂੰ ਲੱਗੀ ਹੁੰਦੀ ਆ ਹਾਂਜੀ ਆਈ ਡਿਡਨਟ ਰੀਲੀ ਲੁੱਕ ਐਟ ਲਿਰਿਕਸ ਟੂ ਮਚ ਦੇਰ ਵਾਸ ਸਮ ਸੌਂਗਸ ਦੈਟ ਆਈ ਵਾਸ ਕੁਆਇਟ ਇੰਟਰਸਟਿਡ ਇਨ ਲਾਈਕ ਫੇਰ ਤੈਨੂੰ ਮਾਨ ਜਾਂਗੇ ਇਟਸ ਟਾਕਿੰਗ ਅਬਾਊਟ ਅ ਪਰਸਨ ਟ੍ਰਾਈਂਗ ਟੂ ਬੀ ਰੀਅਲ ਐਂਡ ਟ੍ਰਾਈਂਗ ਟੂ ਸੋਰਟ ਆਫ ਕਨੈਕਟ ਔਨ ਦ ਰਾਈਚਸ ਪਾਥ ਸੋ I found those lyrics really good, but they're not like, they're quite light-hearted lyrics on this album, but it was more about the voice and more about the beats. Haanji, hor writer si paya jile sangroor de vich aa pind pinda kattu te oh kattu pind da aa writer da naam aa puller ਤਾਂ ਉਹ ਬਾਕੀ ਸਿੰਗਰਾਂ ਹੋਰਾਂ ਨੇ ਵੀ ਬਹੁਤ ਉਹਦੇ ਗੀਤ ਗਾਏ ਨੇ ਤਾਂ ਮੈਂ ਉਹਦਾ ਮੈਂਤੜਲਾ ਕਰਕੇ ਉਹਦੇ ਕੋਲੋਂ ਗੀਤ ਲਿਆ ਜਦੋਂ ਸੁੱਖੀ ਭਾਜੀ ਦੇ ਸਟੂਡੀਓ ਦੇ ਵਿੱਚ ਰਿਕਾਰਡਿੰਗ ਚੱਲਦੀ ਸੀ ਤਾਂ ਭਾਜੀ ਹੁਣੀ ਕਹਿੰਦੇ ਵੀ ਆਪਾਂ ਇੱਕ ਗੀਤ ਯਾਨੀ ਕਿ ਇਸ ਤਰ੍ਹਾਂ ਦਾ ਵੀ ਪਾਉਣਾ ਚਾਹੁੰਦੇ ਹਾਂ ਵੀ ਜਿੱਦਾਂ ਪੁਰਾਣੇ ਗੀਤ ਚੱਲਦੇ ਹੁੰਦੇ ਸੀਗੇ ਮਾਣਕ ਦੀਆਂ ਕਲੀਆਂ ਫਾਸਟ ਮਾਣਕ ਗਾਉਂਦਾ ਹੁੰਦਾ ਸੀ ਉਸ ਰਿਧਮ ਦੇ ਵਿੱਚ ਤਾਂ ਅਲਗੋਜਿਆਂ ਅਲਗੋਜੇ ਟਾਈਪ ਤਾਂ ਜਿੱਦਾਂ ਢੋਲਕੀ ਨਾਲ ਫਿਰ ਮੈਂ ਉਹਨਾਂ ਨਾਲ ਕੰਟੈਕਟ ਕੀਤਾ ਤਾਂ ਉਹਨਾਂ ਦਾ ਮੈਂਤੜਲਾ ਕੀਤਾ ਅਤੇ ਉਹਨਾਂ ਨੇ ਫਿਰ ਮੈਨੂੰ ਗੀਤ ਖੜ੍ਹੇ ਪੈਰ ਗੀਤ ਲਿਖ ਕੇ ਦਿੱਤਾ ਅਸੀਂ ਉਸ ਗੀਤ ਨੂੰ ਕੰਪੋਜ਼ ਕੀਤਾ ਮੈਂ ਦੱਸ ਨਹੀਂ ਸਕਦਾ ਯਾਨੀ ਕਿ ਕਿੰਨਾ ਕੁ ਸਾਨੂੰ ਸਵਾਦ ਆਇਆ ਉਸ ਗੀਤ ਨੂੰ ਗਾਉਣ ਦਾ ਤਾਂ ਇਹ ਜਦੋਂ ਤੁਸੀਂ ਸੁਣੋਗੇ ਉਦੋਂ ਤੁਸੀਂ ਖੁਦ ਅੰਦਾਜ਼ਾ ਲਾ ਜਾਓਗੇ ਵੀ ਵਾਕਿਆ ਵੀ ਗਾਉਣ ਵਾਲੇ ਨੇ ਵੀ ਕੱਚ ਨਹੀਂ ਰੱਖੀ ਅਤੇ ਮਿਊਜ਼ਿਕ ਬਣਾਉਣ ਵਾਲੇ ਨੇ ਵੀ ਕੱਚ ਨਹੀਂ ਸੋ ਸਮ ਆਫ ਦ ਸੌਂਗਸ ਲਾਈਕ ਸੈਡ ਦੇ ਗਾਟ ਹਿਪ ਹੌਪ ਬੀਟਸ ਐਂਡ ਸਟਫ ਸਮ ਆਫ ਦ ਦੇਸੀ ਵਨਸ ਆਫ ਕੁਆਇਟ ਹਾਰਡ ਹਿਟਿੰਗ ਦੇਰਸ ਅ ਸੌਂਗ ਇਨ ਦੇ ਕਾਲਡ ਸੌਰੀ ਆਂਟੋ ਚਿੱਠੀ ਵਿਚ ਇਜ਼ ਨੈਵਰ ਰੀਲੀ ਡਨ ਅ ਸੌਂਗ ਲਾਈਕ ਦੈਟ ਬਿਫੋਰ Well, maybe you could say track, but it's like a different tempo, different kind of mood. It's quite a chirpy sort of song. I'd say that's a good word to use. That's something quite new for me, and like it's a very melodic song. So all the piecework on there in terms of the instrumentation on that song in particular is something new that you'll hear.
ਚਿੱਠੀ ਡਾਕਿਆ ਫੜਾ ਗਿਆ ਹੂੰ ਪੂਰੇ ਢਾਈ ਵਜੇ ਚਿੱਠੀ ਡਾਕਿਆ ਫੜਾ ਗਿਆ ਹੂੰ ਤੱਤੜੀ ਦੇ ਚਿੱਤ ਨੂੰ ਚਿਤੰਬੜੀ ਜੀ ਲਾ ਗਿਆ ਚਿਤੰਬੜੀ ਜੀ ਲਾ ਗਿਆ ਠੀਕ ਹੈ ਉਹ ਪੂਰੇ ਢਾਈ ਵਜੇ ਚਿੱਠੀ ਡਾਕਿਆ ਫੜਾ ਗਿਆ ਅਮਰਜੀਤ ਧਾਮੀ ਦੇ ਉਸ ਰਾਈਟਰ ਨੂੰ ਮੈਂ ਇੱਕ ਸ਼ਾਬਾਸ਼ ਦੇਣੀ ਚਾਹੁੰਦਾ ਬਈ ਉਹ ਬੰਦਾ ਤੁਸੀਂ ਸੋਚ ਨਹੀਂ ਸਕਦੇ ਬਈ ਉਹ ਬੰਦਾ ਇੱਥੋਂ ਦਾ ਬੋਰਨ ਆ ਯੂਕੇ ਦਾ ਉਹ ਬੰਦਾ ਪੰਜਾਬੀ ਪੜ੍ਹਨੀ ਵੀ ਜਾਣਦਾ ਲਿਖਣੀ ਵੀ ਜਾਣਦਾ ਸਭ ਤੋਂ ਵੱਡੀ ਗੱਲ ਆ ਅਤੇ ਉਹਨੇ ਜਦੋਂ ਮੈਨੂੰ ਇੱਕ ਗੀਤ ਲਿਖ ਕੇ ਦਿੱਤਾ ਅਤੇ ਮੈਂ ਉਹਦੇ ਕੋਲੋਂ 3 ਗੀਤ ਧੱਕੇ ਨਾਲ ਲਿਖਵਾਏ ਮੈਂ ਕਿਹਾ ਤੂੰ ਲਿਖ ਸਕਦਾ ਹਾਂ ਤੁਸੀਂ ਖੁਦ ਯਾਨੀ ਕਿ ਗੀਤਾਂ ਨੂੰ ਸੁਣੋਗੇ ਯਾਨੀ ਕਿ ਕੋਈ ਲੱਚਰ ਗੀਤ ਨਹੀਂ ਇੱਦਾਂ ਦਾ ਗੀਤ ਨੀਗਾ ਯਾਨੀ ਕਿ ਇੱਕ ਇਹੋ ਜਿਹਾ ਗੀਤਾਂ ਦੇ ਗੀਤ ਦੇ ਬੋਲ ਨੇ ਧੀਆਂ ਭੈਣਾਂ ਵੀ ਘਰ ਦੇ ਵਿੱਚ ਆਮ ਟੇਪ ਨੂੰ ਲਾ ਕੇ ਸੁਣ ਸਕਦੀਆਂ You know, if we were talking about age range, I definitely know older people, like, you know, our parents' age would be able to listen to this because it's something familiar for them, which is not always the case nowadays. A lot of people that age don't listen to the music nowadays. People from my age group would definitely be into this. With the younger listeners, only time will tell. You know, when it comes out, we'll see how they react to it. But, you know, this is an album coming out of the UK, coming out of Derby, UK. You know, this is like, it's been a long time since you've had an album come out. I'm hoping that it really reaches everybody. ਹਾਂਜੀ ਬਾਕੀ ਗੱਲਾਂ ਤੁਸੀਂ ਛੱਡੋ ਸਾਰੀਆਂ ਇੰਟਰਵਿਊ 'ਤੇ ਆਪਣੀ ਹੁੰਦੀ ਰਹਿਣੀ ਆ ਸਭ ਤੋਂ ਪਹਿਲਾਂ ਤੁਹਾਨੂੰ ਇਸ ਦਰੱਖਤ ਦੇ ਰੂਬਰੂ ਕਰਨ ਜਾ ਰਿਹਾ ਮੈਂ ਇਸ ਵੇਲੇ ਡਰਬੀ ਸ਼ਹਿਰ ਦੇ ਵਿੱਚ ਹਾਂ ਯੂਕੇ ਦੇ ਵਿੱਚ ਇਹ ਡਰਬੀ ਸ਼ਹਿਰ ਪੈਂਦਾ ਉਹਦੇ ਵਿੱਚ ਇੱਕ ਪਾਰਕ ਆ ਇਹ 500 ਸਾਲ ਪੁਰਾਣਾ ਇਹ ਦਰੱਖਤ ਆ ਯਾਨੀ ਕਿ ਇਹਨੂੰ ਵੀ ਅਸੀਂ ਯਾਨੀ ਕਿ ਤੁਹਾਡੇ ਇੰਟਰਡਿਊਸ ਕਰਵਾ ਰਹੇ ਹਾਂ ਥੈਂਕ ਯੂ ਪੰਜਾਬੀ ਫੋਕ ਮਿਊਜ਼ਿਕ ਹੈਜ਼ ਫਿਊ ਚੈਂਪੀਅਨਸ ਗੋਨ ਆਰ ਦ ਡੇਜ਼ ਆਫ ਮੋਨਕ ਸਦੀਕ Shinda and Bindrakia, relegated to nostalgia. In this era of bedroom artists and ghost producers, we need to reinvigorate Punjabi folk music. Raw vocalists like Ashok Prince need to be brought to the fore onto a stage where they can present Punjabi folk music in all its glory. ਮਾਨਕ ਸਾਹਿਬ ਦੇ ਜਿਹੜੇ ਮੇਰੇ ਗੀਤ ਸੀਗੇ ਉਹ ਮੈਂ ਯਾਨੀ ਕਿ ਜ਼ਿਆਦਾ ਜਿਹੜੇ ਗੁੱਸੇ 'ਚ ਦੁੱਲੇ ਨੂੰ ਮੇਰੂ ਮਾਰੇ ਬੋਲੀਆਂ ਇੱਜ਼ਤਾਂ ਤੂੰ ਰੋਲੀਆਂ ਇਹ ਗੀਤ ਅਤੇ ਨਛੱਤਰ ਛੱਤਾ ਜੀ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲੋ ਮੱਲੀ ਆ ਗਈ ਸੋਹਣੇ ਯਾਰ ਦੀ ਇਸ ਗੀਤ ਨੂੰ ਮੈਂ ਬਹੁਤ ਗਾਇਆ ਅਤੇ ਫਿਰ ਤੇਰੀ ਗੋਰੀ ਪੀਣੀ ਦੇ ਵਿੱਚ ਗਜਰਾ ਨਛੱਤਰ ਛੱਤਾ ਜੀ ਕਿਉਂਕਿ ਬੁਲੰਦ ਆਵਾਜ਼ ਦੇ ਮਾਲਕ ਸੀਗੇ ਉਹਨਾਂ ਨੂੰ ਗਾਉਣ ਦਾ ਵੀ ਸਵਾਦ ਆਉਂਦਾ ਸੀ ਠੀਕ ਹੈ ਨਾ ਅਤੇ ਉੱਧਰੋਂ ਮਾਨਕ ਸਾਹਿਬ ਦੇ ਗੀਤ ਸੀਗੇ ਉਨੀ ਦਿਨੀ ਮਾਂ ਦਾ ਗੀਤ ਬੜਾ ਮਸ਼ਹੂਰ ਸੀਗਾ ਮਾਂ ਹੁੰਦੀ ਹੈ ਮਾਂ ਦੁਨੀਆ ਵਾਲੇ ਉਹ ਆਮ ਲੋਕ ਮੇਰੇ ਕੋਲ ਸੁਣਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਉਹਨਾਂ ਜਦੋਂ ਮੈਂ ਲੰਘਣਾ ਲੋਕਾਂ ਨੇ ਘੇਰ ਕੇ ਖੜ੍ਹ ਜਾਣਾ ਲੋਕਾਂ ਨੇ ਕਹਿਣਾ ਉਹ ਮਾਂ ਵਾਲਾ ਗਾਣਾ ਸੁਣਾ ਜਾ ਤਾਂ ਉਹਦੇ ਨਾਲ ਇੱਦਾਂ ਸੀ ਮੇਰਾ ਵੀ ਫਨ ਹੋ ਜਾਂਦਾ ਸੀ ਨਾਲ ਮੇਰਾ ਰਿਆਜ਼ ਹੋ ਜਾਂਦਾ ਲੋਕ ਵੀ ਖੁਸ਼ ਹੋ ਜਾਂਦੇ ਸੀਗੇ ਠੀਕ ਨਾ ਤਾਂ ਫਿਰ ਨਛੱਤਰ ਛੱਤਾ ਜੀ ਉਹ ਵੀ ਨਛੱਤਰ ਛੱਤਾ ਵੀ ਗਾਉਣ ਨੂੰ ਬੜਾ ਦਿਲ ਕਰਦਾ ਹੁੰਦਾ ਸੀ ਤਾਂ ਮਾਨਕ ਸਾਹਿਬ ਦੇ ਗੀਤ ਇੱਛਰਾਂ ਤਾਂ ਹਾਂ ਮਾਰਦੀ ਉਹ ਗੀਤ ਬੜਾ ਬੁਲੰਦ ਆਵਾਜ਼ ਦੇ ਵਿੱਚ ਗਾਉਣ ਵਾਲਾ ਸਵਾਦ ਵੀ ਆਉਂਦਾ ਉਹਨੂੰ ਗਾਉਣ ਨੂੰ ਠੀਕ ਨਾ ਤਾਂ ਕਲਾਸੀਕਲ ਨੂੰ ਮੈਂ ਹੱਥ ਨਹੀਂ ਪਾਇਆ ਮੈਂ ਐਵੇਂ ਝੂਠ ਬੋਲਾਂ ਬਾਕੀ ਕਲਾਸੀਕਲ ਆਪਣੀ ਜਗ੍ਹਾ ਠੀਕ ਆ ਮਾਨਕ ਸਾਹਿਬ ਆਪਣੀ ਜਗ੍ਹਾ ਠੀਕ ਆ ਛੱਤਾ ਸਾਹਿਬ ਆਪਣੀ ਜਗ੍ਹਾ ਠੀਕ ਆ ਆ ਤੁਸੀਂ ਬਹੁਤ ਵਧੀਆ ਮੇਰੇ ਨਾਲ ਗੱਲ ਕੀਤੀ ਆ ਵੀ ਯਾਨੀ ਕਿ ਮੈਨੂੰ ਕਿੰਨਾ ਕੁ ਸ਼ੌਂਕ ਆ ਲਾਈਵ ਸਟੇਜ ਸ਼ੋਅ ਕਰਨ ਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਯਾਨੀ ਕਿ ਜਿੰਨਾ ਮੈਨੂੰ ਲਾਈਵ ਸਟੇਜ ਸ਼ੋਅ ਕਰਕੇ ਮਜ਼ਾ ਆਉਂਦਾ ਨਾ ਯਾਨੀ ਕਿ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਉਸ ਵੇਲੇ ਯਾਨੀ ਕਿ ਰੱਬ ਨਾਲ ਹੀ ਵਾਸਾ ਹੋ ਜਾਂਦਾ ਮੈਂ ਆਪਣਾ ਆਪ ਭੁੱਲ ਜਾਂਦਾ ਜਦੋਂ ਮੈਂ ਢੋਲ ਵੱਜਦਾ ਸੁਣਦਾ ਅਤੇ ਛੈਣੇ ਵੱਜਦੇ ਸੁਣਦਾ ਵੀ ਇੱਕ ਵਾਰੀ ਸਾਜ਼ ਹੋਣ ਪੂਰੇ ਕੰਪਲੀਟ ਅਤੇ ਫਿਰ ਹੀ ਗਾਉਣ ਦਾ ਸਵਾਦ ਆਉਂਦਾ ਕਿਉਂਕਿ ਮਾਨਕ ਸਾਹਿਬ ਨੂੰ ਤਾਂ ਨਛੱਤਰ ਛੱਤੇ ਨੂੰ ਹਿੱਕ ਦੇ ਜ਼ੋਰ ਨਾਲ ਗਾਇਆ ਜਾਂਦਾ ਅਤੇ ਬਾਕੀ ਸਾਜ਼ ਕੰਪਲੀਟ ਹੋਣ ਅਤੇ ਫਿਰ ਬਾਕੀ ਆਨੰਦ ਵੀ ਲੱਗ ਹੀ ਹੁੰਦਾ ਫਿਰ ਤੁਹਾਨੂੰ ਪਤਾ ਹੀ ਸਾਰੇ ਜੱਗ ਨਾਲ ਪਿਆ ਸਾਡਾ ਵੈਰ ਬੱਲੀਏ ਹੋ ਜੇ ਜੱਟ ਦੀ ਦੁਨਾਲੀ ਕਿਤੇ ਚੱਲ ਗਈ ਨੀ ਮਿੱਤਰਾਂ ਦਾ ਖੂਨ ਡੋਲ ਗਈ ਰੋਜ਼ ਭੱਜ
ਭੱਜਿਆ ਕਰੇਗੀ ਮੁਲਾਕਾਤ ਨੂੰ ਜੇ ਸੱਜਣਾ ਨੂੰ ਕੈਦ ਬੋਲ ਗਈ ਭੱਜਿਆ ਕਰੇਗੀ ਮੁਲਾਕਾਤ ਨੂੰ ਜੇ ਮਿੱਤਰਾਂ ਨੂੰ ਕੈਦ ਬੋਲ ਗਈ And seeing Ashok on stage is something that you need to see. Seeing him live, seeing him not with like a band that's so bhangra-fied with drums, bass guitars, etc., but a band with more of a desi sound, dolki, dol, etc. Seeing him in that setup is something that will really surprise you. So I would urge you to check him out live. ਫਿੱਕਾ ਰੰਗ ਅੱਜ ਦੀ ਦੁਪਹਿਰ ਦਾ ਵੇ ਸੋਹਣਿਆ ਫਿੱਕਾ ਰੰਗ ਅੱਜ ਦੀ ਦੁਪਹਿਰ ਦਾ ਉਹ ਮੌਸਮ ਸੁਹਾਵਣਾ ਸੀ ਬੱਖ ਸੁੱਖ ਖੁੱਲਣੇ ਦਾ ਠੰਡਾ ਸੀ ਕਿਨਾਰਾ ਦੀ ਨਹਿਰ ਦਾ ਵੇ ਸੋਹਣਿਆ ਫਿੱਕਾ ਰੰਗ ਅੱਜ ਦੀ ਦੁਪਹਿਰ ਦਾ ਉਹ ਫਿੱਕਾ ਰੰਗ ਅੱਜ ਦੀ ਦੁਪਹਿਰ ਦਾ Yeah, so we're basically near the end of the album, and I've showed YG the sort of virtually the end product. And let's ask him. YG, you want to look at that? I'm gonna go for that. बहुत बढ़िया, बहुत बढ़िया. Good work किता है ना ने CD दा पूरी है. असी मैं इस time बैठे हैं studio दे बच्चे सी check कर रहे हैं. मैं जाने के कोई साढे कोलो कमी था ना रह जावे इन्हां दे कोलों वो final है जाने के checking कर रहे हैं असी पूरी all CD दी all recording दी सारा जो music साढ़ा इन्हां ने दिता है असी पूरा सुन रहे हैं इस टाइम बैठ के स्टूडियो दे विच सानू ते बहुत चंगा लगा बाकी असी स्रोतियां दे छड़दे हैं वी उन्हां नू किस तरह दा इन्हां दा काम लगा Ashok Prince brings an energetic performance, one that must be heard firsthand. His powerful vocals will lend themselves to whatever event or occasion you're hosting. Tru-Skool's music needs no introduction. But this is an album that is being billed as one of the finest examples of marrying raw Punjabi folk music with the sound of hip-hop. And it simply has to be one in your collection. Out in July 2016, an album by Ashok Prince with music from Tru-Skool. One time for your mind. ਇੱਕ ਆਹ ਗੋਰੀਆਂ ਨੇ ਮੱਤ ਮਾਰੀ ਹੈ ਸਾਡੀ ਆ ਵਿੱਚ ਕੁੱਤੇ ਲਿਆ ਕੇ ਵਾੜ ਦਿੱਤੇ ਇਹਨਾਂ ਨੇ ਆ ਉਹ ਸਾਡੇ ਅਸੀਂ ਬੜੇ ਵਧੀਆ ਵੀਡੀਓ ਬਣਾਉਣ ਡਏ ਹਾਂ ਉਹ ਆਪਣੇ ਵਿੱਚ ਤਮਾਸ਼ਾ ਕਰਨ ਡਏ ਨੇ ਆ ਦੇਖੋ ਉਹ ਮੈਂ ਜਿਸ ਵੇਲੇ ਉਹ ਗੀਤ ਸ਼ੁਰੂ ਕੀਤਾ ਉਹ ਬੁੱਢੀ ਆ ਗਈ ਉੱਧਰ ਉਹ ਤਾਂ ਖੜ ਕੇ ਦੇਖਣ ਲੱਗ ਪਈ ਆ For the older audience, they'll be, you know, appreciating that, yeah, they still got something from what they're used to coming to them. Fade me off.